ਸਤਿ ਸ਼੍ਰੀ ਅਕਾਲ ਸਾਡੇ ਸਾਰੇ ਦੇਸੀ ਵਲੋਗਰਸ ਦੇ ਵਿਊਅਰਸ ਨੂੰ। ਪਹਿਲਾਂ ਤਾਂ ਮੈਂ ਮੋਹਿਤ ਤੁਹਾਡਾ ਸਵਾਗਤ ਕਰਦਾ ਹਾਂ। ਸਾਡੇ ਨਾਲ ਰਵ ਮੌਜੂਦ ਹੈ, ਸਾਡੇ ਨਾਲ ਸਰਦਾਰ ਦੇਵਰਾਜ ਸਿੰਘ ਜੀ ਮੌਜੂਦ ਨੇ, ਜੋ ਕਿ ਪਰਥ ਆਸਟ੍ਰੇਲੀਆ ਦੀ ਧਰਤੀ ਉੱਤੇ ਪਿਛਲੇ 43 ਸਾਲਾਂ ਤੋਂ ਰਹਿ ਰਹੇ ਨੇ। ਜਦੋਂ ਗੱਲ ਕੀਤੀ ਜਾਂਦੀ ਹੈ ਆਸਟ੍ਰੇਲੀਅਨ ਹਿਸਟਰੀ ਦੀ, ਸਪੈਸ਼ਲੀ ਸਿੱਖ ਹਿਸਟਰੀ ਦੀ, ਤਾਂ ਉਸ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਕੁਛ ਨਹੀਂ ਪਤਾ ਹੁੰਦਾ, ਕਿਉਂਕਿ ਇਹਦੇ ਬਾਰੇ ਜਿਹੜੀ ਹਿਸਟਰੀ ਹੈ ਉਹ ਬਹੁਤ ਹੀ ਘੱਟ, ਉਹਦੀ ਜਿਹੜੀ ਮਟੀਰੀਅਲ ਸਾਡੇ ਕੋਲ ਮੌਜੂਦ ਹੈ। ਪਰ ਉਸ ਦੇ ਬਾਰੇ ਅਸੀਂ ਸੰਖੇਪ ਦੇ ਵਿੱਚ ਜਾਂ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਅੱਜ ਸਰਦਾਰ ਦੇਵਰਾਜ ਸਿੰਘ ਜੀ ਦੇ ਕੋਲ ਲਵਾਂਗੇ। ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ, ਤੁਹਾਡਾ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ 'ਤੇ ਆਉਣ ਲਈ। ਅਤੇ ਸਰ ਜੀ, ਤੁਸੀਂ ਪਿਛਲੇ 43 ਸਾਲਾਂ ਤੋਂ ਇੱਥੇ ਆਸਟ੍ਰੇਲੀਆ ਪਰਥ ਵਿੱਚ ਰਹਿ ਰਹੇ ਹੋ, ਸਾਨੂੰ ਪਲੀਜ਼ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਤੁਸੀਂ ਕਦੋਂ ਆਏ ਅਤੇ ਕਿਸ ਤਰ੍ਹਾਂ ਇੱਥੇ ਆਏ? ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਮੇਰਾ ਨਾਮ ਦੇਵਰਾਜ ਸਿੰਘ ਹੈ, ਜਿਸ ਤਰ੍ਹਾਂ ਕਿ ਛੋਟੇ ਬੱਚੇ ਨੇ ਦੱਸਿਆ ਹੈ। ਅੱਛਾ, ਮੈਂ ਇੱਥੇ ਇਸ ਧਰਤੀ 'ਤੇ 1976 ਵਿੱਚ ਆਇਆ ਸੀ, ਅਤੇ ਉਸ ਤੋਂ ਬਾਅਦ ਇੱਥੇ ਬਹੁਤ ਸਾਡੇ ਕੋਈ ਇੰਨੇ ਸਿੱਖ ਵੀਰ ਭੈਣ ਭਰਾ ਨਹੀਂ ਸਨ। ਠੀਕ ਹੈ ਜੀ। ਅਤੇ ਸਾਡੇ ਕੋਈ 13-14 ਫੈਮਲੀਆਂ ਸਨ। ਠੀਕ ਹੈ ਜੀ। ਅਤੇ 1975 ਵਿੱਚ ਇੱਕ ਛੋਟੀ ਜਿਹੀ ਪੱਧਰ 'ਤੇ ਸਿੱਖ ਐਸੋਸੀਏਸ਼ਨ 1975 ਵਿੱਚ ਸਿੱਖ ਐਸੋਸੀਏਸ਼ਨ ਉਹਨੇ ਕਾਇਮ ਕੀਤੀ ਸੀ, ਅਤੇ ਉਸ ਤੋਂ ਉੱਥੇ ਨਾਲ ਨਾਲ ਹੀ ਫਿਰ ਹੌਲੀ ਹੌਲੀ ਸੰਗਤਾਂ ਦਾ ਵਾਧਾ ਹੋਇਆ ਹੈ। ਠੀਕ ਹੈ ਜੀ। ਅਤੇ ਸਾਨੂੰ ਥੋੜ੍ਹਾ ਜਿਹਾ ਇਸ ਗੱਲ ਦੇ ਉੱਤੇ ਵੀ ਚਾਨਣਾ ਪਾਓ, ਬਈ ਤੁਸੀਂ ਜਿੱਦਾਂ ਦੱਸਿਆ ਵੀ ਅਸੀਂ ਕਮਿਊਨਿਟੀ ਨੂੰ ਹੌਲੀ ਹੌਲੀ ਇਕੱਠੇ ਕੀਤਾ, ਤੁਹਾਨੂੰ ਉਹਨਾਂ ਨੂੰ ਸਾਰਿਆਂ ਨੂੰ ਇਕੱਤਰਿਤ ਕਰਨ ਦੇ ਵਿੱਚ ਕਿਸੇ ਗੌਰਮੈਂਟ ਵੱਲੋਂ ਸਹਿਯੋਗ ਮਿਲਿਆ, ਜਾਂ ਤੁਹਾਨੂੰ ਤੁਸੀਂ ਕਿੱਦਾਂ ਉਹਨਾਂ ਨੂੰ ਇਕੱਠੇ ਕਰਦੇ ਸੀ? ਜਿੱਦਾਂ ਤੁਸੀਂ ਕਿਹਾ ਵੀ ਅਸੀਂ ਗੁਰਦੁਆਰਾ ਸਾਹਿਬ ਦੀ ਹੌਲੀ ਹੌਲੀ ਸਥਾਪਨਾ ਕੀਤੀ ਹੈ, ਹੌਲੀ ਹੌਲੀ ਤੁਹਾਨੂੰ ਜਗ੍ਹਾ ਮਿਲੀ ਹੈ, ਸਾਨੂੰ ਪਲੀਜ਼ ਸਾਨੂੰ ਟਾਕ ਥਰੂ ਦੈਟ ਇਜ਼। ਉਹ ਇਸ ਤਰ੍ਹਾਂ ਹੈ ਜੀ ਕਿ ਅਸੀਂ ਮਹੀਨੇ ਦੇ ਵਿੱਚ ਇੱਕ ਸੰਡੇ ਇੱਕ ਐਤਵਾਰ ਨੂੰ ਮਿਲਦੇ ਹੁੰਦੇ ਸੀ, ਸਾਰੀਆਂ ਫੈਮਿਲੀਆਂ ਆਉਂਦੀਆਂ ਹੁੰਦੀਆਂ ਸੀ, ਇੱਕ ਕਿਸੇ ਦੇ ਘਰ ਬੈਠ ਜਾਣਾ, ਉੱਥੇ ਜਪਜੀ ਸਾਹਿਬ ਦਾ ਪਾਠ ਕਰਨਾ। ਠੀਕ ਹੈ। ਅਤੇ ਕੰਟਰੀਬਿਊਟੀ ਲੰਗਰ ਸਾਰੇ ਲਿਆਉਂਦੇ ਹੁੰਦੇ ਸੀ। ਅੱਛਾ ਜੀ। ਅਰਦਾਸ ਤੋਂ ਬਾਅਦ ਫਿਰ ਲੰਗਰ ਛਕਣਾ ਅਤੇ ਆਪੋ ਆਪਣੇ ਅਸੀਂ ਘਰਾਂ ਨੂੰ ਜਾਣਾ, ਕਿਉਂਕਿ ਸਾਡੀ ਜਿਹੜੀ ਗਿਣਤੀ ਸੀ ਬਹੁਤ ਘੱਟ ਸੀ। ਠੀਕ ਹੈ। ਇਸ ਕਰਕੇ ਅਸੀਂ ਮਹੀਨੇ 'ਚ ਇੱਕ ਵਾਰੀ ਕਰੀਦਾ ਸੀ, ਫਿਰ ਹੌਲੀ ਹੌਲੀ ਜਿਸ ਤਰ੍ਹਾਂ ਸਾਡੇ ਸਿੱਖ ਵੀਰ ਭੈਣ ਇੱਥੇ ਸਾਡੀ ਸੰਗਤ ਵਧੀ ਹੈ, ਉਸ ਦੇ ਨਾਲ ਨਾਲ ਅਸੀਂ ਫਿਰ ਕਿਤੇ ਹੋਲ ਹਾਇਰ ਕਰ ਲੈਣਾ। ਠੀਕ ਹੈ। ਉੱਥੇ ਅਸੀਂ ਮਹੀਨੇ 'ਚ ਇੱਕ ਵਾਰੀ ਮਿਲਦੇ ਹੁੰਦੇ ਸੀ। ਠੀਕ ਹੈ ਜੀ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਸਥਾਪਨਾ ਹੈ ਉਹ ਸਭ ਤੋਂ ਪਹਿਲਾਂ ਜਿਹੜਾ ਪਰਥ ਵਿੱਚ ਗੁਰਦੁਆਰਾ ਸਾਹਿਬ ਆ ਉਹ ਕਿਹੜੇ ਸਨ 'ਚ ਹੋਇਆ, ਸਥਾਪਿਤ ਹੋਇਆ ਸੀਗਾ? ਉਹ ਜਿਹੜਾ ਪਹਿਲਾਂ ਗੁਰਦੁਆਰਾ ਸਾਹਿਬ ਸੀ ਉਹ ਕੈਨਜ਼ਿੰਗਟਨ ਵਿੱਚ ਅਸੀਂ ਇੱਕ ਛੋਟਾ ਜਿਹਾ ਚਰਚ ਲਿਆ ਸੀ, ਉਸ ਨੂੰ ਅਸੀਂ ਤਬਦੀਲ ਕਰਕੇ ਗੁਰੂ ਘਰ ਬਣਾਇਆ ਸੀ। ਠੀਕ ਹੈ। ਸਭ ਤੋਂ ਪਹਿਲਾਂ ਉੱਥੇ ਪਹਿਲਾ ਅਖੰਡ ਪਾਠ ਉਸੇ ਗੁਰੂ ਘਰ ਕੀਤਾ ਗਿਆ ਸੀ। ਠੀਕ ਹੈ ਜੀ, ਬਹੁਤ ਵਧੀਆ ਜੀ। ਸੋ ਇਸ ਵੀਡੀਓ ਦੇ ਰਾਹੀਂ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਵੀ ਕੋਈ ਗੱਲ ਚੱਲਦੀ ਹੈ ਹਿਸਟਰੀ ਦੀ, ਤੁਹਾਨੂੰ ਲੋਕਾਂ ਨੂੰ ਹਿਸਟਰੀ ਬਾਰੇ ਪਰ ਸਪੈਸ਼ਲੀ ਸਿੱਖ ਹਿਸਟਰੀ ਬਾਰੇ ਨਹੀਂ ਪਤਾ ਹੁੰਦਾ, ਸੋ ਅਸੀਂ ਜਾਣਕਾਰੀ ਇਹ ਲੈ ਰਹੇ ਹਾਂ ਕਿ 43 ਸਾਲਾਂ ਤੋਂ ਇਹਨਾਂ ਨੇ ਇੱਥੇ ਆ ਕੇ ਜੋੜਨਾ ਲੋਕਾਂ ਨੂੰ ਸ਼ੁਰੂ ਕੀਤਾ, ਆਪਣੇ ਸਿੱਖ ਕਮਿਊਨਿਟੀ ਦੇ ਲੋਕਾਂ ਨੂੰ ਜੋੜਨਾ ਸ਼ੁਰੂ ਕੀਤਾ, ਇਕੱਠੇ ਹੋਏ ਆਪਣਾ ਕਮਿਊਨਿਟੀ ਨੂੰ ਹਫ਼ਤੇ ਦੇ ਹਫ਼ਤੇ ਜੁੜਦੇ ਸੀ, ਲੰਗਰ ਸਟਾਰਟ ਕੀਤਾ, ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਇਹਨਾਂ ਨੇ ਹੌਲੀ ਹੌਲੀ ਬੁਨਿਆਦੀ ਜਿਹੜੇ ਕਦਮ ਨੇ ਉਹ ਲੈਣੇ ਸ਼ੁਰੂ ਕਰਤੇ ਸੀਗੇ। ਅਤੇ ਉਸ ਤੋਂ ਬਾਅਦ ਆਪਾਂ ਹੁਣ ਗੱਲ ਕਰਦੇ ਹਾਂ ਉਸ ਤੋਂ ਵੀ 75 ਤੋਂ ਪਹਿਲਾਂ ਦੇ ਜਿਹੜੇ ਪਿਛੋਕੜ ਦੀ ਸਿੱਖ ਹਿਸਟਰੀ ਬਾਰੇ, ਤੁਹਾਡਾ ਉਸ ਦੇ ਵਿੱਚ ਵੀ ਹਿਸਟਰੀ ਨੂੰ ਜਾਣਨ ਦੇ ਵਿੱਚ, ਪ੍ਰਚਾਰ ਪ੍ਰਤਾਰ ਕਰਨ ਦੇ ਵਿੱਚ, ਉਹਦਾ ਮਟੀਰੀਅਲ ਇਕੱਠਾ ਕਰਨ ਦੇ ਵਿੱਚ ਵੀ ਮੈਂ ਸੁਣਿਆ ਹੈ ਕਿ ਬਹੁਤ ਵੱਡਾ ਯੋਗਦਾਨ ਹੈ, ਤੁਸੀਂ ਪਲੀਜ਼ ਉਹਦੇ ਉੱਤੇ ਚਾਨਣਾ ਪਾਉਣਾ ਚਾਹੋਗੇ? ਉਹ ਇਸ ਤਰ੍ਹਾਂ ਹੈ ਜੀ ਕਿ ਉਸ ਤੋਂ ਪਹਿਲਾਂ ਜਿਹੜਾ ਪਿਛੋਕੜ ਹੈ ਸਾਡਾ ਇਹ 40-50 ਸਾਲਾਂ ਤੋਂ ਨਹੀਂ ਚੱਲਿਆ ਆ ਰਿਹਾ। ਠੀਕ ਹੈ ਜੀ। ਇਹ ਇਤਿਹਾਸ ਗਵਾਹ ਹੈ ਕਿ ਜੋ ਸਿੱਖ ਇੱਥੇ ਵੈਸਟ ਆਸਟ੍ਰੇਲੀਆ ਵਿੱਚ ਆਏ, ਹਾਂਜੀ, 140-150 ਸਾਲ ਪਹਿਲਾਂ ਦੀ ਆਮਦ ਹੈ। ਠੀਕ ਹੈ। ਸਿੱਖਾਂ ਦੀ ਅਤੇ ਉਸ ਦੇ ਨਾਲ ਨਾਲ ਕਿਉਂਕਿ ਇਹ ਇੱਕ ਹਿਸਟਰੀ ਆ, ਹਾਂਜੀ, ਇਹ ਹਿਸਟਰੀ ਦੇ ਵਿੱਚ ਅਸੀਂ ਇਹਨੂੰ ਲੱਭਣ ਲਈ ਇਹਨੂੰ ਸਭ ਕੁਝ ਕਰਨ ਲਈ ਕਾਫੀ ਦੌੜ ਭੱਜ ਲੱਗੀ ਹੋਈ ਹੈ ਅਤੇ ਫੰਡਿੰਗ ਹੋ ਰਹੀ ਹੈ। ਬਿਲਕੁਲ। ਅਤੇ ਅਸੀਂ ਮਰਡਕ ਯੂਨੀਵਰਸਿਟੀ ਵਿੱਚ ਇੱਕ ਇੰਗੇਜ ਕੀਤਾ ਗਿਆ ਉਹਨਾਂ ਨੂੰ ਕਿ ਉਹ ਸਾਡੀ ਹਿਸਟਰੀ ਦੇ ਉੱਤੇ ਸਾਰੀ ਕਮਿਊਨਿਟੀ ਨੂੰ ਰਿਸਰਚ ਕਰਕੇ ਉਹ ਹਿਸਟਰੀ ਦਾ ਇੱਕ ਮਰਡਕ ਯੂਨੀਵਰਸਿਟੀ ਸਾਡਾ ਸਹਿਯੋਗ ਦੇ ਰਹੀ ਹੈ। ਮੈਂ ਸਰੋਤਿਆਂ ਦੱਸ ਦੇਣਾ ਚਾਹੁੰਦਾ ਕਿ ਮਰਡਕ ਯੂਨੀਵਰਸਿਟੀ ਇੱਥੇ ਦੀ ਵਨ ਆਫ ਦਾ ਲਾਰਜੈਸਟ ਯੂਨੀਵਰਸਿਟੀਜ਼ ਨੇ, ਅਤੇ ਉਹਨਾਂ ਨੇ ਇਹਨਾਂ ਦੇ ਕਨੈਕਸ਼ਨ ਦੇ ਵਿੱਚ ਸਾਥ ਦੇਣ ਦਾ ਹਾਮੀ ਭਰੀ ਹੈ। ਅਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਜਿਸ ਜਗ੍ਹਾ ਦੇ ਉੱਤੇ ਅਸੀਂ ਬੈਠੇ ਹਾਂ ਅੱਜ, ਇਹ ਆਸਟ੍ਰੇਲੀਅਨ ਸਿੱਖ ਹੈਰੀਟੇਜ ਸਾਈਟ ਹੈ, ਜਿਸ ਨੂੰ 1932 ਦੇ ਵਿੱਚ ਅਲਾਊਡ ਕੀਤਾ ਗਿਆ ਸੀ ਆਪਣੇ ਸਿੱਖ ਕਮਿਊਨਿਟੀ ਨੂੰ, ਸਪੈਸ਼ਲੀ ਫਿਊਨਰਲਸ ਵਾਸਤੇ, ਕਿਉਂਕਿ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਕੋਈ ਲਾਅ ਨਹੀਂ ਸੀਗਾ ਬਈ ਫਿਊਨਰਲਸ ਵਾਸਤੇ, ਅਤੇ ਉਸ ਵਾਸਤੇ ਥੋੜ੍ਹਾ ਜਿਹਾ ਕਹਿਣਾ ਚਾਹੂੰਗਾ। ਦੇਖੋ ਜੀ, ਜਿਹੜੇ ਸਾਡੇ ਪੁਰਾਣੇ ਬਜ਼ੁਰਗ ਆਏ ਨੇ ਇੱਥੇ 140 ਸਾਲ ਪਹਿਲਾਂ ਇੱਥੇ ਆਏ, ਕਿਉਂਕਿ ਉਹ ਉਹਨਾਂ ਨੂੰ ਕੋਈ ਵਰਕ ਪਰਮਿਟ ਨਹੀਂ ਸੀ, ਕੋਈ PR ਨਹੀਂ ਸੀ, ਉਹਨਾਂ ਕੋਲ ਸਿਟੀਜ਼ਨਸ਼ਿਪ ਨਹੀਂ ਸੀ ਉਹਨਾਂ ਦੇ ਕੋਲ, ਉਹਨਾਂ ਨੇ ਇੱਥੇ ਆ ਕੇ ਆਪਣੇ ਬਿਜ਼ਨਸ ਸੈਟਅਪ ਕੀਤੇ। ਬਿਲਕੁਲ ਜੀ।
ਇੱਥੋਂ ਬਿਜ਼ਨਸ ਲਿਜਾ ਕੇ ਉਹ ਕੰਟਰੀ ਵਿੱਚ ਆਪਣਾ ਸਮਾਨ ਵੇਚਦੇ ਹੁੰਦੇ ਸੀ ਅਤੇ ਨੇਚਰ ਦਾ ਜਿਹੜਾ ਹੈ, ਹੁਣ ਇੱਥੇ ਆਪਾਂ ਬੈਠੇ ਹਾਂ ਅਤੇ ਆਉਂਦੇ ਜਾਂਦੇ ਆ ਲੋਕ, ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਸੀ ਕਿ ਕਿਉਂ ਉਹ ਆਪਣਾ ਬੈਰੀਅਲ ਤਾਂ ਨਹੀਂ ਅਲਾਊਡ ਆਪਣੇ ਸਿੱਖਾਂ ਦਾ ਹਿੰਦੂਆਂ ਦੇ ਵਿੱਚ, ਉਸਨੂੰ ਕ੍ਰੀਮੇਟ ਕਰਨ ਲਈ ਉਹਨਾਂ ਨੇ ਇੱਕ ਪਟੀਸ਼ਨ ਲਿਖੀ ਸੀ ਗੌਰਮੈਂਟ ਨੂੰ, ਅਤੇ ਉਸ ਜ਼ਮਾਨੇ ਦੇ ਵਿੱਚ ਉਹਨਾਂ ਨੇ ਇਹ ਜਗ੍ਹਾ ਅਲਾਊਟ ਕੀਤੀ ਸੀ ਕਿ ਜੋ ਸਿੱਖ ਇੱਥੇ ਗੁਜ਼ਰ ਜਾਣਗੇ ਉਹ ਉੱਥੇ ਕ੍ਰੀਮੇਟ ਹੋ ਸਕਦੇ ਹਨ। ਬਿਲਕੁਲ ਜੀ, ਬਿਲਕੁਲ, ਧੰਨਵਾਦ ਬਹੁਤ ਬਹੁਤ ਜੀ ਇਸ ਗੱਲ ਦੱਸਣ ਲਈ। ਉਸ ਤੋਂ ਬਾਅਦ ਮੈਂ ਇੱਕ ਗੱਲ, ਇੱਕ ਆਖਰੀ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਇੱਥੇ ਦੀ ਗਵਰਨਮੈਂਟ ਵੱਲੋਂ ਜਾਂ ਇੱਥੇ ਦੀ ਕਮਿਊਨਿਟੀ ਜਾਂ ਇੱਥੇ ਦੇ ਜਿਹੜੀ ਕਾਉਂਸਲ ਹੈ, ਉਸ ਤੋਂ ਤੁਹਾਨੂੰ ਕਿੰਨੀ ਕੁ ਹੈਲਪ ਮਿਲ ਰਹੀ ਹੈ ਜਾਂ ਮਿਲਦੀ ਰਹੀ ਸੀ ਤੁਹਾਨੂੰ ਪਹਿਲਾਂ? ਦੇਖੋ, ਜਿਹੜੀ ਕਾਉਂਸਲ ਹੈ ਜਾਂ ਗਵਰਨਮੈਂਟ ਹੈ, ਜਦੋਂ ਅਸੀਂ ਕੈਨਕਵੇਲ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਆ, ਉਸਾਰੀ ਦੇ ਟਾਈਮ 'ਤੇ ਸਾਡੀ ਵੈਸਟ ਆਸਟ੍ਰੇਲੀਆ ਗਵਰਨਮੈਂਟ ਨੇ ਹੈਲਪ ਕੀਤੀ ਸੀ ਇੱਕ ਲਿਫਟ ਲਗਾਉਣ ਦੀ, $50,000 ਉਹਨਾਂ ਨੇ ਕੀਤਾ ਸੀ। ਹੁਣ ਜਿਹੜੀ ਹੈ ਕੈਨਕ ਸਿਟੀ ਕਾਉਂਸਲ ਹੈ, ਇਹ ਹਰ ਸਾਲ ਸਾਡੇ ਜਦੋਂ ਵੀ ਅਸੀਂ ਸਿੱਖ ਹੈਰੀਟੇਜ ਦਾ ਇਹ ਇੱਕ ਇਵੈਂਟ ਕਰਦੇ ਹਾਂ, ਉਹ ਸਾਡੀ ਫਾਈਨੈਂਸ਼ੀਅਲੀ ਹੈਲਪ ਕਰਦੇ ਨੇ, ਅਤੇ ਉਹ ਜਿਹੜਾ ਪਾਰਕ ਹੈ ਨਾ ਅਡੀਨੀਆ ਪਾਰਕ, ਉਹਦੀ ਸਾਰੀ ਮੇਨਟੇਨੈਂਸ ਉਹ ਆਪਣੇ ਸਿੱਖ ਸਿਟੀ ਕਾਉਂਸਲ ਉਹ ਕਰਦੀ ਹੈ। ਵੈਰੀ ਗੁੱਡ ਜੀ, ਅਤੇ ਆਪਾਂ ਇਸ ਦੇ ਨਾਲ ਹੀ ਅੱਜ ਦਾ ਜਿਹੜਾ ਚੈਪਟਰ ਹੈ ਉਹਨੂੰ ਖਤਮ ਕਰਦੇ ਹਾਂ, ਅਤੇ ਸਰੋਤਿਆਂ ਨੂੰ ਇਹ ਗੱਲ ਆਪਾਂ ਜਾਣੂ ਜ਼ਰੂਰ ਕਰਵਾਉਂਦੇ ਰਹਾਂਗੇ, ਇਹਨਾਂ ਨੂੰ ਆਪਾਂ ਜਿਹੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੇ, ਪੁਰਾਣੇ ਲੋਕ ਇੱਥੇ ਕਿੱਦਾਂ ਆ ਕੇ ਵਸੇ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਇੱਥੇ ਕੀ ਕੀ ਕਾਰੋਬਾਰ ਕੀਤੇ, ਕਿੱਦਾਂ ਉਹਨਾਂ ਨੇ ਆਪਣੀਆਂ ਜੜ੍ਹਾਂ ਇੱਥੇ ਆ ਕੇ ਮਜ਼ਬੂਤ ਕੀਤੀਆਂ ਨੇ, ਹੋਰ ਕਿੱਦਾਂ ਆਪਣੀ ਇੱਥੇ ਹੌਲੀ ਹੌਲੀ ਕਮਿਊਨਿਟੀ ਆਉਣੀ ਸ਼ੁਰੂ ਹੋਈ ਆ। ਅਤੇ ਇਸ ਕਰਕੇ ਮੈਂ ਦੋਸਤਾਂ ਨੂੰ ਇਹੀ ਗੱਲ ਕਹੂੰਗਾ ਕਿ ਸਰਦਾਰ ਦੇਵਰਾਜ ਸਿੰਘ ਵਰਗੀਆਂ ਸ਼ਖਸੀਅਤਾਂ ਦਾ ਐਪਰੀਸ਼ੀਏਟ ਕਰਨਾ ਚਾਹੀਦਾ ਹੈ, ਇਹਨਾਂ ਨੂੰ ਮਾਣ ਸਨਮਾਨ ਕਰਨਾ ਚਾਹੀਦਾ ਹੈ। ਜਿੱਥੇ ਵੀ ਤੁਸੀਂ ਇਹਨਾਂ ਨੂੰ ਕਿਤੇ ਮਿਲਦੇ ਹੋ ਪਰਥ ਵਿੱਚ ਕਿਤੇ ਵੀ, ਪਲੀਜ਼ ਡੂ ਰਿਸਪੈਕਟ ਦੀਸ ਥਿੰਗਸ। ਇਹ ਪਿਛਲੇ 43 ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਮੈਂ ਨਹੀਂ ਕਹਿੰਦਾ ਕਿ ਬਾਕੀਆਂ ਨੂੰ ਰਿਸਪੈਕਟ ਨਾ ਕਰੋ, ਹਰ ਇੱਕ ਦੀ ਰਿਸਪੈਕਟ ਕਰੋ, ਠੀਕ ਹੈ ਜੀ। ਸਾਡੇ ਐਲਡਰਸ ਨੇ ਅਤੇ ਇਹਨਾਂ ਨੇ ਹੀ ਸਾਡੀਆਂ, ਇਹਨਾਂ ਦੀਆਂ ਹੀ ਬਦੌਲਤਾਂ ਨੇ ਕਿ ਸਾਡੀ ਅੱਜ ਇੱਥੇ ਕੁਝ ਪਛਾਣ ਹੈ, ਠੀਕ ਆ। ਕਮਿਊਨਿਟੀਜ਼ ਤਾਂ ਹੋਰ ਵੀ ਬਹੁਤ ਆਈਆਂ ਨੇ, ਇਹਨਾਂ ਨੇ ਇੱਥੇ ਆ ਕੇ ਆਪਣੇ ਕਰ ਕਮਲਾਂ ਨਾਲ ਹੀ ਸਾਡੀ ਪਛਾਣ ਬਣਾਈ ਹੈ। ਸਾਡੇ ਸਾਰੇ ਆਉਣ ਵਾਲਿਆਂ ਲਈ ਜਿਹੜੇ ਵੀਜ਼ੇ ਸਾਨੂੰ ਮਿਲ ਰਹੇ ਨੇ, ਸਾਰਾ ਕੁਝ ਆ ਰਹੇ, ਅਸੀਂ ਕਿਰਪਾ ਕਰਕੇ ਸਾਰਿਆਂ ਅੱਗੇ ਇਹੀ ਮੇਰੀ ਬੇਨਤੀ ਆ ਕਿ ਉਹਨੂੰ ਅਸੀਂ ਅੱਗੇ ਵਧਾਈਏ, ਚੰਗੇ ਕੰਮ ਕਰੀਏ। ਅਤੇ ਤੁਸੀਂ ਪਲੀਜ਼ ਕੋਈ ਮੈਸੇਜ ਦੇਣਾ ਚਾਹੋਗੇ ਸਾਡੇ ਸਰੋਤਿਆਂ ਨੂੰ? ਮੈਸੇਜ ਇਹੀ ਆ ਮੇਰੀ ਸਾਰੇ ਸਰੋਤਿਆਂ ਨੂੰ, ਕਿਉਂਕਿ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਪਾਪੂਲੇਸ਼ਨ ਕਾਫੀ ਹੋ ਚੁੱਕੀ ਹੈ, ਅਤੇ ਆਪਾਂ ਜਿਹੜਾ ਲਾਅ ਆਫ ਦਾ ਲੈਂਡ, ਹਾਂਜੀ, ਇਹਨੂੰ ਜ਼ਰੂਰ ਆਪਾਂ ਰਿਸਪੈਕਟ ਦਈਏ। ਜਿਹੜੇ ਸਾਡੇ ਫੈਲੋ ਆਸਟ੍ਰੇਲੀਅਨ ਆ, ਇਸ ਕਮਿਊਨਿਟੀਆਂ ਵਿੱਚ ਆਪਾਂ ਮਿੰਗਲ ਨਾ ਹੋਈਏ, ਕਿਉਂਕਿ ਵੀ ਆਰ ਪਾਰਟ ਐਂਡ ਪਾਰਸਲ ਆਫ ਆਸਟ੍ਰੇਲੀਆ। ਇਹ ਨਹੀਂ ਕਿ ਅਸੀਂ ਇੰਡੀਆ ਤੋਂ ਆਏ ਜਾਂ ਕਿਤੇ ਉਧਰੋਂ ਆਏ ਅਤੇ ਮੇਰੀ ਪਹਿਚਾਣ ਵੱਖਰੀ ਆ, ਨਹੀਂ, ਆਪਣੀ ਪਹਿਚਾਣ ਰੱਖਣੀ ਚਾਹੀਦੀ ਆ, ਲੇਕਿਨ ਇਹ ਕਮਿਊਨਿਟੀ ਦੇ ਨਾਲ ਅਸੀਂ ਮਿਲ ਜੁਲ ਕੇ ਇਹਨਾਂ ਨੂੰ ਜੋੜ ਦਈਏ। ਬਿਲਕੁਲ ਜੀ, ਅਤੇ ਅੱਜ ਇਸ ਦੇ ਨਾਲ ਹੀ ਅਸੀਂ ਇਹ ਵੀਡੀਓ ਨੂੰ ਸਮਾਪਤ ਕਰਦੇ ਹਾਂ, ਅਤੇ ਆਸ ਕਰਦੇ ਹਾਂ ਕਿ ਸਾਡੇ ਸਰੋਤਿਆਂ ਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ, ਅਤੇ ਉਸ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।